ਜੇ ਉੱਥੇ ਕੋਈ ਬਾਹਰ ਮਰ ਜਾਂਦਾ ਹੈ, ਜਾਨਵਰ ਮਰ ਜਾਂਦਾ ਹੈ, ਕੋਈ ਵੀ ਮਰ ਜਾਂਦਾ, ਕੋਈ ਨਹੀਂ ਸਾਂਭਦਾ ਉਹਨੂੰ, ਅਨਾਥ ਹੈ ਵਿਚਾਰਾ, ਕੋਈ ਚੱਕਦਾ ਉਹਨੂੰ, ਕੋਈ ਖਾ ਜਾਵੇ ਜਾਂ ਮਤਲਬ ਹੈ ਮਿੱਟੀ 'ਚ ਰੁੜ ਜਾਵੇ ਜਾਂ ਕੀੜੇ ਪੈਦਾ ਹੋ ਜਾਣ, ਕੀੜੇ ਖਾ ਜਾਣ, ਸਰੀਰ ਰੁੜਦਾ ਹੀ ਕਰ ਦੇਣਾ। ਇਸ ਕਰਕੇ ਜੰਤ ਅਨਾਥ ਹੈ, ਇਹਦਾ ਨਾਥ ਕੋਈ ਨਹੀਂ, ਜਿਹੜਾ ਨਾਥ ਬਣਿਆ ਹੋਇਆ ਉਹ ਨਾਥ ਹੈ ਨਹੀਂ, ਇਹਦਾ ਨੱਥ ਨਹੀਂ ਪਾਈ ਹੋਈ ਸਾਡੇ ਸਰੀਰ 'ਤੇ। ਦੱਸੋ ਕਿਹਦੀ ਪਾਈ ਹੈ ਨੱਥ? ਨੱਥ ਪਾਈ ਹੋਵੇ ਨਾਲ ਨਾ ਜਾਵੇ, ਘੜੀਸ ਕੇ ਨਾ ਲੈ ਜਾਵੇ। ਜੰਤ ਅਨਾਥ ਹੈ, ਜੋਤ ਅਨਾਥ ਨਹੀਂ ਹੈ। ਸਮਝਿਆ ਹੁਣ ਗੱਲ? ਜਿਉਂਦਾ ਨਹੀਂ ਅਨਾਥ ਹੈ, ਇਹ ਮਰਿਆ ਹੋਇਆ ਅਨਾਥ ਹੈ। ਜਿਉਂਦੇ ਦੇ ਵਿੱਚ ਜੋਤ ਹੈ, ਉਹ ਅਨਾਥ ਨਹੀਂ ਹੈ, ਉਹਦੇ ਨੱਥ ਪਾਈ ਹੋਈ ਹੈ ਪਿੱਛੇ। ਆਪ ਨੱਥ ਨਾਥੀ ਸਭ। ਹੁਣ ਸਰੀਰ ਨੂੰ ਚਲਾਉਣਾ ਇਹਨੇ, ਜਿਹੜੀ ਵਿੱਚ ਜੋਤ ਹੈ, ਜੋਤ ਨੂੰ ਚਲਾਉਣਾ ਉਹਨੇ। ਸਟੇਅਰਿੰਗ ਤੇਰੇ ਹੱਥ 'ਚ ਹੈ, ਪਰ ਪਹੀਆ ਜਿਹੜੀ ਰੋਡ ਨੇ ਮੋੜਨੇ ਨੇ ਉਹ ਤਾਂ ਤੇਰੇ ਹੱਥ 'ਚ ਨਹੀਂ ਹੈ। ਪਹੀਏ ਜਿਹੜੇ ਮੋੜਨੇ ਨੇ ਉਹ ਤਾਂ ਕਹਾਂ ਰੋਡ ਹੋਰ ਹੈ ਨਾ, ਸਟੇਅਰਿੰਗ ਹੈ ਤੇਰੇ ਹੱਥ 'ਚ ਤਾਂ। ਸਟੇਅਰਿੰਗ ਕਿੱਥੇ, ਪਹੀਏ ਕਿੱਥੇ ਨੇ, ਹੁਕਮ ਕਿੱਥੋਂ ਹੁੰਦਾ, ਐਪਲੀਕੇਬਲ ਕਿੱਥੇ ਹੁੰਦਾ ਜਾ ਕੇ? ਐਪਲੀਕੇਬਲ ਸਾਡੇ ਥਰੂ ਹੈ, ਸਾਡੇ ਥਰੂ ਐਪਲੀਕੇਬਲ ਹੈ। ਸਰੀਰ ਨਾਲ ਅਸੀਂ ਜੁੜੇ ਹੋਏ। ਨਾਥ ਨੇ, ਉਹ ਨਾਥ ਹੈ, ਆਪ ਨਾਥ, ਹੁਕਮ ਨਾਥ ਹੈ। ਨਾਨਕ ਜੰਤ ਅਨਾਥ, ਜੰਤ ਅਨਾਥ ਹੈ, ਜਿਹੜਾ ਜੀਵ ਹੈ ਉਹ ਅਨਾਥ ਨਹੀਂ ਹੈ। ਜੀ ਜੰਤ ਕੇ ਸਭ ਕੋ ਬਖਸ਼ਣ, ਜੀ ਅਨਾਥ ਨਹੀਂ ਹੈ, ਜੰਤ ਅਨਾਥ ਹੈ। ਜੰਤ ਦਾ ਮਾਲਕ ਫਿਰ ਕੋਈ ਨਹੀਂ, ਜਾਏ ਛੱਡ ਜਾਂਦਾ ਹੈ ਕੋਈ ਮਾਲਕ? ਮਾਟੀ ਮਾਟੀ ਹੋਈ ਇੱਕ, ਪਵਨਾ ਮੈਂ ਪਵਨ ਸੁਆਇਆ, ਜੋਤੀ ਮੈਂ ਉਹ, ਕਹਦੇ ਨਾਥ ਹੈ ਉਹ, ਆਪਣੀ ਲੈ ਗਿਆ। ਮਾਟੀ ਮਾਟੀ ਹੋਈਏ, ਆਪੇ ਹੋਈਏ, ਕਿਸੇ ਨੇ ਲੜਾਈ ਨਹੀਂ, ਕਿਸੇ ਨੇ ਤਾਂ ਲੜਾਈ ਨਹੀਂ ਮਿੱਟੀ 'ਚ ਮਿੱਟੀ, ਉਹ ਵੀ ਜੜ ਹੈ, ਉਹ ਵੀ ਜੜ ਹੈ, ਆਪੇ ਰਲ ਜੂਗੀ। ਇਸ ਕਰਕੇ ਅਨਾਥ ਹੈ, ਨਾਥ ਅਨਾਥ ਚੇਤਨ ਨਾਲ ਲੱਗਦਾ, ਜੜ ਨਾਲ ਨਹੀਂ ਲੱਗਦਾ। ਗੱਲ ਇਹ ਹੈ ਕਹਿਣ ਦੀ, ਇਸ ਕਰਕੇ ਜਿਹੜੇ ਕੰਨਾਂ 'ਚ ਮੁੰਦਰਾ ਪਾ ਕੇ ਨਾਥ ਬਣ ਕੇ ਬੜੇ ਨਹੀਂ ਸਕਦੇ, ਭੇਖ ਨਾਲ ਨਾਥ ਨਹੀਂ ਬਣਦਾ ਹੁੰਦਾ, ਨਾ ਅਨਾਥ ਬਣਦਾ। ਜਿਹੜਾ ਨਾਥ ਅਨਾਥ ਇੱਥੇ ਸ਼ਬਦ ਆਇਆ, ਉਹ ਸਰੀਰ ਨਾਲ ਉਹਦਾ ਕੋਈ ਤਾਂ ਲੱਗੇ ਨਹੀਂ। ਹੁਣ ਸਮਝੇ ਗੱਲ ਕੀ ਹੈ? ਕਿਉਂਕਿ ਨਾਥ ਅਨਾਥ ਉੱਥੇ ਚੱਲਦਾ ਨਾ, ਜਿਹੜਾ ਅਨਾਥ ਅਨਾਥ ਇੱਥੇ ਚੱਲਦਾ ਸ਼ਬਦ, ਉਹਦਾ ਸਰੀਰ ਨਾਲ ਕੋਈ ਤਾਲਕੇ ਨਹੀਂ। ਸਰੀਰ ਤਾਂ ਅਨਾਥ ਹੈ, ਨਾਥ ਹੈ ਹੀ ਨਹੀਂ, ਉਹ ਸਰੀਰ ਕਰਕੇ ਨਾਥ ਨੇ ਦਿਖਾਵਾ। ਕਿੱਥੇ ਹਿੱਟ ਕਰੀ ਆ ਗੱਲ ਜਾ ਕੇ, ਹੁਣ ਸਮਝਦੇ ਤੁਸੀਂ? ਹਿੱਟ ਕਿੱਥੇ ਕੀਤੀ ਹੈ? ਹਿੱਟ ਜੋਗੀਆਂ 'ਤੇ ਕਰਤੀ ਜਾ ਕੇ ਇਹ। ਨਾਨਕ ਕਹਿੰਦਾ ਜੰਤ ਅਨਾਥ ਹੈ, ਛੋਟੀਆਂ ਮੁੰਦਰਾਂ ਦੇ ਕੇ ਉਹਨੂੰ ਨਾਥ ਕਹਿੰਦੇ ਨੇ। ਤੁਸੀਂ ਭੇਖ ਕਰਕੇ ਨਾਥ ਹੋ, ਸਰੀਰ ਤਾਂ ਅਨਾਥ ਹੈ, ਨਾਥ ਹੈ ਹੀ ਨਹੀਂ, ਆਹ ਹੈ ਗੱਲ। ਕਿਉਂਕਿ ਆਤਮਾ ਨਾਲ ਸੰਬੰਧ ਹੈ ਧਰਮ ਦਾ, ਨਾ ਕਿ ਸਰੀਰ ਨਾਲ ਸੰਬੰਧ ਹੈ। ਖਾਲਸੇ ਦਾ ਆਤਮਾ ਨਾਲ ਸੰਬੰਧ ਹੈ, ਨਾ ਕਿ ਸਰੀਰ ਨਾਲ ਸੰਬੰਧ ਹੈ। ਪਰ ਅਸੀਂ ਵੀ ਹੁਣ ਭੇਖ ਨਾਲ ਸਰੀਰ ਨਾਲ ਸੰਬੰਧ ਜੋੜਿਆ ਹੈ ਖਾਲਸੇ ਦਾ। ਇਹ ਗੱਲ ਤਾਂ ਕਹੀ ਸੀ, ਉਹ ਫਸੇ ਹੋਏ ਸੀ ਜੋਗੀ, ਸਾਨੂੰ ਕੌਣ ਸਮਝਾਊ, ਅਸੀਂ ਤਾਂ ਇੱਥੋਂ ਹੀ ਸਮਝ ਲੈਣੀ ਹੈ। ਜੇ ਉਹ ਆਏ ਸੀ ਤਾਂ ਅਸੀਂ ਵੀ ਆਏ ਹਾਂ। ਜੰਤ ਖਾਲਸਾ ਨਹੀਂ ਹੈ, ਜੰਤ ਖਾਲਸਾ ਨਹੀਂ ਹੁੰਦਾ, ਸਰੀਰ ਖਾਲਸਾ ਨਹੀਂ ਹੁੰਦਾ, ਸਰੀਰ ਖਾਲਸਾ ਨਹੀਂ ਹੈ। ਸਰੀਰ ਦਾ ਕੀ ਮਤਲਬ? ਖਾਲਸਾ ਮੇਰੋ ਬੁੱਧ ਔਰ ਗਿਆਨ, ਬੁੱਧ ਔਰ ਗਿਆਨ ਦੇ ਵਿੱਚ ਸਵਾਲੇ ਪੈਦਾ ਨਹੀਂ ਹੁੰਦਾ ਸਰੀਰ ਦਾ। ਆਤਮਾ ਬੁੱਧ ਔਰ ਜੋਤ, ਇਹ ਖਾਲਸਾ। ਖਾਲਸਾ ਮੇਰੋ ਬੁੱਧ ਔਰ ਗਿਆਨ, ਖਾਲਸੇ ਕਹਾਂ ਧਰੂੰ ਧਿਆਨ, ਉਸ ਖਾਲਸੇ ਦਾ ਮੇਰਾ ਧਿਆਨ ਧਰਦਾ ਜਿਹਨੂੰ ਬੁੱਧ ਔਰ ਗਿਆਨ ਕਹਿੰਦੇ ਨੇ।
ਬੁੱਧ ਕੀ ਵਿਵੇਕ ਬੁੱਧ ਗਿਆਨ ਕਿਹੜਾ ਵਿਵੇਕ ਵਿਵੇਕ ਔਰ ਵਿਵੇਕ ਬੁੱਧ ਹੈ ਜਿਹੜੀ ਉਹ ਖਾਲਸਾ ਪੂਰਨ ਬੁੱਧ ਹੈ ਜਿਹੜੀ ਉਹ ਖਾਲਸਾ ਜਨ ਨਾਨਕ ਪੂਰਨ ਬੁੱਧ ਪੂਰਨ ਤੇ ਘੱਟ ਬੁੱਧੀ ਵਾਲਾ ਖਾਲਸਾ ਨਹੀਂ ਹੁੰਦਾ ਪੂਰਨ ਘੱਟ ਬੁੱਧੀ ਵਾਲਾ ਖਾਲਸਾ ਨਹੀਂ ਹੋ ਸਕਦਾ ਪੂਰਨ ਬੁੱਧ ਵਿਵੇਕ ਬੁੱਧ ਵਿਵੇਕ ਬੁੱਧ ਕੀ ਹੈ ਜਿਹਨੇ ਗੁਰਬਾਣੀ ਰਚੀ ਹੈ ਜਿਹੜੀ ਨੇ ਗੁਰਬਾਣੀ ਰਚੀ ਹੈ ਉਹ ਪੂਰਨ ਬੁੱਧ ਹੈ ਔਰ ਜਿਹੜੀ ਬਾਣੀ ਨੂੰ ਬੀਸ ਬਿਸਵੇ ਮੰਨੂਗੀ ਉਹ ਵੀ ਪੂਰਨ ਬੁੱਧ ਹੈ ਬੀਸ ਬਿਸਵੇ ਨਹੀਂ ਮੰਨ ਸਕਦੀ ਕੋਈ ਵੀ ਪੂਰਨ ਬੁੱਧ ਬਿਨਾਂ ਪੂਰਾ ਭਰੋਸਾ ਜਦ ਆਊਗਾ ਜਦ ਪੂਰਨ ਬੁੱਧ ਹੋ ਜਾਊਗੀ ਪੂਰਾ ਭਰੋਸਾ ਜਦ ਆਊਗਾ ਜਾਂ ਪੂਰਨ ਬੁੱਧ ਹੋ ਜਾਊ ਉਹ ਤੋਂ ਪਹਿਲਾਂ ਪੂਰਾ ਭਰੋਸਾ ਨਹੀਂ ਆਉਂਦਾ ਡਗਮਗ ਹੋਊਗੀ ਅੰਦਰ ਚਾਹੇ ਉਦਾਂ ਸ਼ਹੀਦੀ ਵੀ ਦੇ ਦੇਵੇ ਕੁਛ ਵੀ ਕਰੇ ਪਰ ਡਗਮਗ ਹੋਣੀ ਹੋਰ ਗੱਲ ਹੈ ਗਿਆਨ ਨਾ ਪੂਰਾ ਹੋਣਾ ਹੋਰ ਗੱਲ ਹੈ ਇੱਕ ਹਟਕਰ ਮਰੇ ਨਾ ਲਿਖੇ ਹਟਕਰ ਵੀ ਮਰਦੇ ਨੇ ਸ਼ਹੀਦੀ ਉਹ ਵੀ ਨੇ ਭਗਤ ਸਿੰਘ ਨੇ ਵੀ ਸ਼ਹੀਦੀ ਦੇ ਦਿੱਤੀ ਸੀ ਕਿ ਗਿਆਨ ਸੀ ਉਹ ਗਿਆਨ ਵਾਲੀ ਕੋਈ ਗੱਲ ਨਹੀਂ ਉੱਥੇ ਉਹ ਹਟਕਰ ਮਰੇ ਨਾ ਲਿਖੇ ਪਾਏ ਉਹ ਹੱਠ ਵਾਲੀ ਗੱਲ ਹੈ ਕੋਈ ਨੇ ਸਦਾਮ ਹੁਸੈਨ ਨੂੰ ਵੀ ਫਾਂਸੀ ਦਿੱਤੀ ਸੰਸਾਰੀ ਆਦਮੀ ਵੀ ਨੇ ਉਹ ਵੀ ਸੂਲੀ ਚੜ੍ਹਿਆ ਇਹਨਾਂ ਦਾ ਆਪਣਾ ਈਸਾਈਆਂ ਦਾ ਚੜ੍ਹਾਇਆ ਸੂਲੀ 'ਤੇ ਬਹੁਤ ਨੇ ਗਿਆਨ ਵਾਲੀ ਕੋਈ ਗੱਲ ਨਹੀਂ ਹੱਠ ਹੀ ਹੋ ਗਏ ਆਪਣੀ ਗੱਲ 'ਤੇ ਡਿੱਗ ਹੱਠ ਹੈ ਹੁਣ ਹੱਠ ਯੋਗ ਕਹਿੰਦੇ ਗਿਆਨ ਯੋਗ ਨਹੀਂ ਹੈ ਹੱਠ ਯੋਗ ਗਿਆਨ ਯੋਗ ਨਾਲ ਜੁੜਿਆ ਹੋਇਆ ਹੁੰਦਾ ਹੱਠ ਯੋਗ ਨਾਲ ਵਿਰੋਧ 'ਤੇ ਖੜਾ ਹੁੰਦਾ ਵੀ ਮੈਂ ਤੇਰੇ ਨੂੰ ਘੱਟ ਨਹੀਂ ਮੈਂ ਤੇ ਹੋਵੇਂ ਪ੍ਰਧਾਨ ਹੁੰਦੀ ਹੈ ਹੱਠ ਯੋਗ 'ਚ ਹੋਵੇਂ ਪ੍ਰਧਾਨ ਤੇਰੀ ਗੱਲ ਨਹੀਂ ਮੰਨਦਾ ਮਰਨਾ ਹੁਣ ਯੋਗ ਇਹ ਗੱਲ ਹੋਰ ਹੈ ਸ਼ਹੀਦ ਵੈਸੇ ਉਹਨੂੰ ਨਹੀਂ ਕਹਿੰਦੇ ਗੁਰਮਤਿ ਜੀ ਨੇ ਉਹਨੂੰ ਸ਼ਹੀਦ ਕਹਿੰਦੇ ਸ਼ਹੀਦ ਗਿਆਨਵਾਨ ਨੂੰ ਕਹਿੰਦੇ ਹਟਕਰ ਮਰਨ ਵਾਲੇ ਨੂੰ ਸ਼ਹੀਦ ਗੁਰਬਾਣੀ ਨਹੀਂ ਮੰਨਦੀ ਇਹ ਅਸੀਂ ਸਿੱਖਾਂ ਨੇ ਬਣਾ ਲਏ ਹੁਣ ਜੇ ਜੀ ਸਾਡੀ ਸਿੱਖੀ ਹੋਵੇ ਤਾਂ ਸਾਡੇ ਸ਼ਹੀਦ ਨੇ ਅਸੀਂ ਮੰਨ ਲਏ ਇਹ ਗੱਲ ਅੱਜ ਜਿਹਨਾਂ ਨੂੰ ਅਸੀਂ ਸ਼ਹੀਦ ਕਹਿੰਦੇ ਹਾਂ ਗੁਰਬਾਣੀ ਦੇ ਅਨੁਸਾਰ ਸ਼ਹੀਦ ਨਹੀਂ ਹਨ ਸਾਹਿਬਜ਼ਾਦੇ ਸ਼ਹੀਦ ਨੇ ਉਹ ਸ਼ਹੀਦ ਹਟਯੋਗ ਨਹੀਂ ਗਿਆਨ ਗਿਆਨ ਯੋਗ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਕਰੋਗੇ ਕਹਿੰਦੇ ਕਰਾਂਗੇ ਨਹੀਂ ਮੰਨਦੇ ਨਹੀਂ ਮੰਨਦੇ ਸੱਚ ਬੋਲਦਾ ਦੱਸਦਾ ਡਰੇ ਨਹੀਂ ਸੱਚ ਬੋਲਣ 'ਤੇ ਸਾਨੂੰ ਐਂ ਹੋਊ ਕੱਲ੍ਹ ਨੂੰ ਵੀ ਤਾਂ ਕਰ ਲੈਂਗੇ ਜਿਹੜਾ ਕੰਮ ਕਰਨਾ ਤੁਸੀਂ ਉਹਨੂੰ ਲੁਕੋ ਕਿਵੇਂ ਸਕਦੇ ਲੁਕੋ ਨਹੀਂ ਸਕਦੇ ਲੁਕਾਉਣ ਦੀ ਲੋੜ ਵੀ ਕੀ ਹੈ ਕੀ ਲੋੜ ਹੈ ਲੁਕਾਉਣ ਦੀ ਕਰਨਾ ਕਰਨਾ ਨਹੀਂ ਕਰਨਾ ਨਹੀਂ ਕਰਨਾ ਮਾਰਗ ਛੱਡ ਦਿਓ ਇਹ ਨਹੀਂ ਛੱਡਣਾ ਸਮਝ ਸੀ ਉਹਨਾਂ ਨੂੰ ਗਿਆਨ ਯੋਗ ਸੀ